ਪਟਿਆਲਾ ਪੁਲਿਸ ਦੇ ਵੱਲੋਂ ਇੱਕ ਅੰਤਰਰਾਜੀ ਮੋਬਾਈਲ ਫੋਨ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ। ਕੀ ਇਹਨਾਂ ਦੇ ਵੱਲੋਂ ਜਿਹੜੀਆਂ ਚੋਰੀਆਂ ਕੀਤੀਆਂ ਗਈਆਂ ਨੇ ਉਹ ਸਾਊਥ ਦੇ ਵਿੱਚ ਵੀ ਜਾ ਕੇ ਕੀਤੀਆਂ ਗਈਆਂ ਨੇ? ਐਸਾ ਮਾਮਲਾ ਸਾਹਮਣੇ ਆਉਣਾ ਆਪਦੇ ਆਪ 'ਚ ਹੈਰਾਨੀਜਨਕ ਹੈ। ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਈਏ ਕਿ ਇਹ 131 ਮੋਬਾਈਲ ਨੇ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਈਏ, ਸਾਰੇ ਹੀ ਮਹਿੰਗੇ ਫੋਨ ਨੇ ਅਤੇ ਸਾਰੇ ਹੀ ਨਵੇਂ ਨੇ। ਅਤੇ ਪਟਿਆਲਾ ਪੁਲਿਸ ਨੇ ਇਹਨਾਂ ਨੂੰ ਤਾਮਿਲਨਾਡੂ ਦੇ ਵਿੱਚ ਦਰਜ ਇੱਕ FIR ਤੋਂ ਬਾਅਦ ਤਾਮਿਲਨਾਡੂ ਪੁਲਿਸ ਦੇ ਨਾਲ ਸੰਪਰਕ ਕਰਕੇ ਇਹਨਾਂ 4 ਲੋਕਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਦੀ ਤਲਾਸ਼ ਜਾਰੀ ਹੈ। ਮੇਰੇ ਨਾਲ ਖੁਦ DSP ਸਿਟੀ ਮੌਜੂਦ ਨੇ, ਸੰਜੀਵ ਸਿੰਗਲਾ ਜੀ। ਸਿੰਗਲਾ ਸਾਹਿਬ, ਕਿਸ ਤਰ੍ਹਾਂ ਇਸ ਗਰੋਹ ਨੂੰ ਫੜਿਆ ਗਿਆ, ਕਿੰਨੀ ਕੁ ਸ਼ਾਤਰ ਤਰੀਕੇ ਨਾਲ ਕੰਮ ਕਰਦੇ ਸੀ? ਮਾਣਯੋਗ SSP ਸ਼੍ਰੀ ਵਰੁਣ ਸ਼ਰਮਾ, IPS SSP ਪਟਿਆਲਾ ਜੀ, SP ਸਿਟੀ ਸ਼੍ਰੀ ਸਰਫਰਾਜ਼ ਆਲਮ, IPS SP ਸਿਟੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ SHO ਕਤਵਾਲੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਆਪਣੀ ਟੀਮ ਦੇ ਨਾਲ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਇਹ 4 ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ। ਇੱਕ ਬਲਵਿੰਦਰ ਸਿੰਘ ਹੈ ਔਰ ਉਹਦੇ ਨਾਲ ਇੱਕ ਅਮਨਦੀਪ ਸਿੰਘ ਹੈ, ਇਹ ਦੋਨੋਂ ਡਿਸਟ੍ਰਿਕਟ ਪਟਿਆਲਾ ਦੇ ਹੀ ਹਨ ਔਰ ਇਹਨਾਂ ਦੇ ਨਾਲ 2 ਦੋਸ਼ੀ MP ਦੇ ਨੇ। ਇਹ ਬਲਵਿੰਦਰ ਸਿੰਘ ਜੋ ਹੈ ਇਹ ਟਰੱਕ ਡਰਾਈਵਰ ਹੈ ਔਰ ਟਰੱਕ ਦਾ ਮਾਲਕ ਵੀ ਹੈ ਔਰ ਅਮਨਦੀਪ ਜੋ ਹੈ ਇਹਦੇ ਨਾਲ ਕਲੀਨਰ ਦਾ ਕੰਮ ਕਰਦਾ ਹੈ। ਇਹ ਦੋਨੋਂ ਇੱਥੋਂ ਟਰੱਕ ਲੋਡ ਕਰਕੇ ਲੈ ਕੇ ਜਾਂਦੇ ਅਦਰ ਸਟੇਟ ਦੇ ਵਿੱਚ, ਆਲ ਇੰਡੀਆ ਦੇ ਵਿੱਚ। ਉੱਥੋਂ ਇਹ ਜਾ ਕੇ ਉੱਥੋਂ ਇਹ ਵਾਰਦਾਤ ਕਰਕੇ ਆਉਂਦੇ ਨੇ। ਇਹਨਾਂ ਨੇ 12 ਫਰਵਰੀ ਨੂੰ ਕੋਇੰਬਟੂਰ ਤਾਮਿਲਨਾਡੂ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਚੋਰੀ ਕੀਤੀ, ਉੱਥੋਂ ਮੋਬਾਈਲ ਚੋਰੀ ਕੀਤੇ ਸੀ। ਸਾਡੇ SHO ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀਕ੍ਰੇਟ ਕਿ ਇਹ ਬੰਦੇ ਇੱਥੇ ਘੁੰਮ ਰਹੇ ਨੇ ਔਰ ਮੋਬਾਈਲ ਵੇਚਣਾ ਚਾਹੁੰਦੇ ਨੇ ਕਿਸੇ ਕੋਲ, ਜਿਸ 'ਤੇ ਕਾਬੂ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ। ਇਨਵੈਸਟੀਗੇਸ਼ਨ ਤੋਂ ਬਾਅਦ ਤਾਮਿਲਨਾਡੂ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ, ਜਿੱਥੋਂ ਪਤਾ ਲੱਗਿਆ ਕਿ ਇਹਨਾਂ ਨੇ ਉੱਥੋਂ ਇਹ ਮੋਬਾਈਲ ਚੋਰੀ ਕੀਤੇ ਸੀ। 131 ਨਵੇਂ ਫੋਨ ਨੇ ਸਾਰੇ ਐਂਡਰਾਇਡ, ਕਰੀਬ 32 ਲੱਖ ਦੀ ਇਹਨਾਂ ਦੀ ਵੈਲਿਊ ਹੈ ਅਪਰੋਕਸ, ਜਿਹੜੇ ਅਸੀਂ ਰਿਕਵਰ ਕੀਤੇ ਨੇ ਇਹਨਾਂ ਕੋਲ। ਅਤੇ ਇਹਨਾਂ ਦੀ ਅਰੈਸਟ ਪਾ ਕੇ ਇਹਨਾਂ ਦਾ ਰਿਮਾਂਡ ਲਿਆ ਗਿਆ, ਜੋ ਹੁਣ ਅੰਡਰ ਇਨਵੈਸਟੀਗੇਸ਼ਨ ਸਾਡੇ ਕੋਲ ਅੰਡਰ ਰਿਮਾਂਡ ਨੇ ਔਰ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਸਾਨੂੰ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸੰਜੀਵ ਜੀ, ਦੇਖਿਆ ਗਿਆ ਕਿ ਜਿਹੜੇ ਅੰਤਰਰਾਜੀ ਚੋਰ ਗਰੋਹ ਨੇ ਵਾਹਨ ਚੋਰ ਦੇਖਿਆ ਸੀ, ਸਮੱਗਲਰ ਦੇਖੇ ਨੇ, ਇਹ ਪਹਿਲੀ ਵਾਰੀ ਆਇਆ ਕਿ ਇੱਕ ਮੋਬਾਈਲ ਫੋਨ ਜਿਹੜੇ ਚੋਰੀ ਕੀਤੇ ਗਏ ਨੇ ਇੰਨੀ ਤਾਦਾਦ ਦੇ ਵਿੱਚ? ਉਹਨਾਂ ਨੇ ਤਾਮਿਲਨਾਡੂ ਜਾ ਕੇ ਆਖਰੀ ਚੋਰੀ ਤਾਮਿਲਨਾਡੂ ਦੀ ਸਾਹਮਣੇ ਆਈ ਹੈ, ਹੋ ਸਕਦਾ ਵੀ ਮੱਧ ਪ੍ਰਦੇਸ਼ ਜਿੰਨੇ ਸਟੇਟ ਰਾਹ ਚਾਹੁੰਦੇ ਉਹਨਾਂ ਦੀ ਵੀ ਚੋਰੀ ਅੱਗੇ ਖੁਲਾਸਾ ਹੋਵੇ? ਬਿਲਕੁਲ ਹੋ ਸਕਦਾ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਅਸੀਂ ਉਹੀ ਇਨਵੈਸਟੀਗੇਸ਼ਨ ਵਾਸਤੇ ਰਿਮਾਂਡ ਹਾਸਲ ਕੀਤਾ ਇਹਨਾਂ ਦਾ ਔਰ ਰਿਮਾਂਡ ਚੱਲ ਰਿਹਾ ਅੰਡਰ ਸਾਡੇ ਕੋਲ ਪੁੱਛਗਿੱਛ ਦੇ ਵਿੱਚ ਨੇ ਸਾਡੇ ਕੋਲ। ਸਰ, ਹੋਰ ਫਰਾਰ ਬੰਦੇ ਵੀ ਹੈਗੇ ਨੇ ਜੀ? ਬਿਲਕੁਲ, ਇਹਨਾਂ ਦੇ ਹੋਰ ਸਾਥੀ ਵੀ ਹੋ ਸਕਦੇ ਨੇ, ਅਸੀਂ ਚੱਲ ਰਹੀ ਹੈ ਸਾਡੀ ਤਫਤੀਸ਼ ਜਾਰੀ ਹੈ ਅਤੇ ਤਫਤੀਸ਼ ਤੋਂ ਬਾਅਦ ਹੋਰ ਵੀ ਕੋਈ ਅਹਿਮ ਖੁਲਾਸਾ ਹੋਏਗਾ ਦੱਸਿਆ ਜਾਏਗਾ ਜੀ। ਸੋ ਬਿਲਕੁਲ, ਸੰਜੀਵ ਸਿੰਗਲਾ ਨੇ DSP ਪਟਿਆਲਾ, ਜਿਨ੍ਹਾਂ ਨੇ ਦੱਸਿਆ ਕਿ 131 ਮੋਬਾਈਲ ਫੋਨ, 30 ਲੱਖ ਰੁਪਈਏ ਜਿਨ੍ਹਾਂ ਦੀ ਕੀਮਤ ਹੈ ਨਵੇਂ ਫੋਨ ਨੇ, ਉਹ ਇਹਨਾਂ ਬੰਦਿਆਂ ਤੋਂ ਫੜੇ ਗਏ ਨੇ, ਜਿਹੜੇ ਕਿ ਟਰੱਕ ਚਲਾ ਕੇ ਜਦੋਂ ਵੱਖ ਵੱਖ ਸਟੇਟ ਦੇ ਵਿੱਚ ਜਾਂਦੇ ਸੀ ਤਾਂ ਉੱਥੋਂ ਚੋਰੀ ਕਰਦੇ ਸੀ ਅਤੇ ਵਾਪਸ ਪੰਜਾਬ ਆ ਜਾਂਦੇ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਨਪੁੱਟ ਮਿਲਦੀ ਹੈ ਤਾਂ ਤਾਮਿਲਨਾਡੂ ਦੇ ਕੋਇੰਬਟੂਰ ਦੇ ਵਿੱਚ ਪਟਿਆਲਾ ਪੁਲਿਸ ਸੰਪਰਕ ਕਰਦੀ ਹੈ ਤਾਮਿਲਨਾਡੂ ਪੁਲਿਸ ਦੇ ਨਾਲ, ਅਤੇ ਜਦੋਂ ਸੰਪਰਕ ਹੁੰਦਾ ਤਾਂ ਪਤਾ ਲੱਗਦਾ ਕਿ ਇਹ ਜਿਹੜੇ ਟਰੱਕ ਡਰਾਈਵਰ ਦਾ ਕੰਮ ਕਰਦਾ ਬੰਦਾ, ਉਹ ਪਟਿਆਲਾ ਦੇ ਵਿੱਚ ਇਹਨਾਂ ਮਹਿੰਗੇ ਫੋਨਾਂ ਨੂੰ ਵੇਚਣ ਦੀ ਫਿਰਾਕ 'ਚ ਹੈ। ਪੁਲਿਸ ਫੜ ਲੈਂਦੀ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਪਰ ਇੱਕ ਸਵਾਲ ਫਿਰ ਵੀ ਹੈ ਕਿ ਆਖਿਰ ਜਦੋਂ ਕੋਈ ਵੀ ਵਿਅਕਤੀ ਚੋਰੀ ਅਪਰਾਧ ਕਰਦਾ ਤਾਂ ਇਹ ਸੋਚਦਾ ਕਿ ਉਹ ਪੁਲਿਸ ਜਾਂ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਨਹੀਂ ਆਏਗਾ, ਪਰ ਵਿੱਚ ਕਾਨੂੰਨ ਕਦੇ ਵੀ ਕਿਸੇ ਚੋਰ ਨੂੰ ਨਹੀਂ ਬਖਸ਼ਦਾ? ਅਤੇ ਉਸੇ ਨਤੀਜੇ ਦੇ ਵਿੱਚ ਅੱਜ ਪਟਿਆਲਾ ਦੀ ਕੁਤਵਾਲੀ ਪੁਲਿਸ ਨੇ ਇੱਕ ਵੱਡੇ ਗਰੋਹ ਨੂੰ ਕਾਬੂ ਕਰ ਲਿਆ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।